ਸੰਤ ਕਲੰਤ ਨਾ ਵਲ ਅਮਰ
ਜਿਹੜੀ ਸੇਵਾ ਸਿਮਰਨ ਆਦਿ ਕਮਾਇਆ ਉਹ ਸਾਡੀ ਝੋਲੀ 'ਚ ਬਖਸ਼ਿਸ਼ ਕਰ। ਤੂੰ ਕਰੋ ਦਇਆ ਮੇਰੇ ਸਾਈਂ, ਐਸੀ ਮਤ ਬੀਜੇ ਮੇਰੇ ਠਾਕੁਰ, ਸਦਾ ਸਦਾ ਸਥਾਈ ਸਾਰੇ ਪਿਆਰ ਵਿੱਚ ਇਹਨਾਂ ਪੰਕਤੀਆਂ ਨੂੰ ਸਾਰੇ ਕਰੋ। ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਏ ਬਣਾਵੇ। ਪੱਲੇ ਅਮਰਦਾਸ ਗੁਣ
Gopal
ਗੋਬਿੰਦ ਲਾਲਨ ਸਾਧ ਸੰਗ ਬਖਾਣਿਆ ਅਚਰਜ ਡੀਠਾ ਅਮਿਓ ਬੁਢਾ ਗੁਰ ਪ੍ਰਸਾਦੀ ਜਾਣਿਆ ਮਨ ਸ਼ਾਂਤ ਆਈ ਵਜੀ ਵਧਾਈ ਨੈ ਅੰਤ ਜਾਈ ਪਾਇਆ ਬਿਨਵੰਤ ਨਾਨਕ ਸੁਖ ਸਹਿਜ ਮੇਲਾ ਪ੍ਰਭੂ ਆਪ ਬਣਾਇਆ ਪ੍ਰਭੂ ਆਪ ਬਣਾਇਆ ਪ੍ਰਭੂ ਆਪ ਬਣਾਇਆ ਮਿੱਠ ਬੋਲੜਾ ਜੀ ਹਰਿ ਸੱਜਣ ਸੁਆਮੀ ਗੋਰਾ ਪ੍ਰਭੂ ਆਪ ਬਣਾਇਆ ਮਿੱਠ ਬੋਲੜਾ ਜੀ ਹਰਿ ਸੱਜਣ ਸੁਆਮੀ ਮੋਰਾ ਹਾਂ ਸੰਭਲ ਤੱਕੀ ਜੀ ਹੋ ਕਦੇ ਨਾ ਬੋਲੇ ਕੌਰਾ ਪ੍ਰਭੂ ਆਪ ਬਣਾਇਆ ਕਰਤਾ ਕਰਤਾਇਆ ਪ੍ਰਭੂ ਆਪ ਬਣਾਇਆ ਤੇਰੇ ਪੰਕੇ ਲੋਇਣ ਦੰਤ ਰਸਾਲਾ ਪ੍ਰਭੂ ਆਪ ਬਣਾਇਆ ਤੇਰੇ ਪੰਕੇ ਲੋਇਣ ਦੰਤ ਰਸਾਲਾ ਸੋਹਣੇ ਨਕ ਜਿਨ ਲਮੜੇ ਵਾਲਾ ਪਰਿਵਾਰ ਵੱਲੋਂ ਦਾਤਾ ਨੇ ਕਿਰਪਾ ਕੀਤੀ ਪਰ
ਸ਼ਬਦ ਸ੍ਰੀ ਖੰਡ ਪਾਠ ਸਾਹਿਬ ਪ੍ਰਾਰੰਭ ਪਾਏ ਸਨ। ਸਾਰੀਆਂ ਸੰਗਤਾਂ ਗੁਰੂ ਦੀ ਬਾਣੀ ਨਾਲ ਜੁੜੀਆਂ ਹਨ। ਦਾਤਾ ਨੇ ਸਭ ਨੂੰ ਰਸਨਾ ਦਿੱਤੀ ਹੈ। ਕਿਤੇ ਅਸੀਂ ਆਪਣੇ ਬੱਚੇ ਦਾ ਜਨਮਦਿਨ ਮਨਾਉਣਾ ਹੋਵੇ, ਕਿਤਨੇ ਚਾਵਾਂ ਨਾਲ ਮਨਾਉਂਦੇ ਹਾਂ, ਇਸ ਉਸ ਬੱਚੇ ਨੂੰ ਅਸੀਸ ਦੇਣ ਵਾਸਤੇ ਕਿਤਨੇ ਅਸੀਂ ਖੁਸ਼ੀਆਂ ਵਿੱਚ ਉਸ ਬੱਚੇ ਨੂੰ ਪਿਆਰ ਦਿੰਦੇ, ਬਖਸ਼ਿਸ਼ ਕਰਦੇ ਹਾਂ। ਲੇਕਿਨ ਅੱਜ ਮੇਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਸਾਰੀਆਂ ਦਾਤਾਰ ਦੀਆਂ ਰਹਿਮਤਾਜ, ਉਹਨਾਂ ਦਾ ਪ੍ਰਕਾਸ਼ ਦਿਆੜਾ ਹੈ। ਦਾਤਾਰ ਦੇ ਚਰਨਾਂ ਵਿੱਚ ਰਸਨਾਂ ਨਾਲ ਗੁਰੂ ਦੇ ਬੋਲ, ਗੁਰੂ ਦੀ ਬਾਣੀ ਰਸਨਾਂ ਨਾਲ ਗਾ ਕੇ ਗੁਰੂ ਦੀਆਂ ਅਸੀਸਾਂ ਪ੍ਰਾਪਤ ਕਰੀਏ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਤਾਂ ਸਾਰੀ ਜਿਤਨੀ ਸੰਗਤ ਬੈਠੀ ਹੈ ਉੱਚੀ ਆਵਾਜ਼ ਦੇ ਵਿੱਚ ਕਰੋਗੇ, ਮਨ ਸ਼ਾਂਤ ਲਾਰੇ ਵਜੀ ਵਜਾਈ, ਮਨ ਸ਼ਾਂਤ ਲਾਰੇ ਵਜੀ ਵਜਾਈ, ਸੋਈ ਸੋਈ ਦੇਵ ਨਾਨਕ ਦਾਸ ਮੁਖਤੇ ਜੋ ਬੋਲੇ ਸੱਚ ਸੱਚ, ਜੋ ਮਾਨ ਦੇ ਠਾਕੁਰ ਆਪਣੇ ਤੇ ਸੋਈ ਸੋਈ ਦੇਵ, ਸੋਈ ਸੋਈ ਦੇਵ, ਜੋ ਮਾਂਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵ, ਸੋਈ ਸੋਈ ਦੇਵ, ਨਾਨਕ ਦਾਸ ਮੁਖ ਤੇ ਜੋ ਬੋਲੇ, ਨਾਨਕ ਦਾਸ ਮੁਖ ਤੇ ਜੋ ਬੋਲੇ, ਆਉਣਾ ਸੱਚ ਹੋਵੇ, ਜੋ ਮਾਂਗੇ ਠਾਕੁਰ ਆਪਣੇ ਤੇ।